ਪੰਜਾਬ ਦੇ ਨੌਜਵਾਨ ਪੜ੍ਹਾਈ ਕਰਨ ਦੇ ਲਈ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਪਰ ਇਸੇ ਵਿਚਾਲੇ ਕੈਨੇਡਾ ਅਤੇ ਆਸਟ੍ਰੇਲੀਆ ਨੇ ਜਿਹੜੇ ਨਵੇਂ ਆ ਉਹ ਰੂਲ ਜਿਹੜੇ ਆ ਉਹ ਕੁਝ ਕੱਢੇ ਨੇ, ਤਾਂ ਉਸ ਨੂੰ ਲੈ ਕੇ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਈ ਹੈ। ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸੇ ਮੁੱਦੇ 'ਤੇ ਅਸੀਂ ਗੱਲਬਾਤ ਵੀ ਕਰਾਂਗੇ, ਪਰ ਇਹ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਜਿਹੜਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਜਿਹੜੇ ਗਾਈਡਲਾਈਨਸ ਲਿਆਂਦੀ ਗਈ ਹੈ ਉਸ ਨੂੰ ਲੈ ਕੇ ਇੱਕ ਵਿਦਿਆਰਥੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜੀ ਸ਼ੰਕਾ ਪੈਦਾ ਹੋਈ ਹੈ ਉਹਨਾਂ ਦੇ ਮਨਾਂ ਦੇ ਵਿੱਚ, ਤਾਂ ਉਸ ਨੂੰ ਲੈ ਕੇ ਵੀ ਜਿਹੜੀ ਆ ਗੱਲਬਾਤ ਕਰਾਂਗੇ। ਪਰ ਤਸਵੀਰਾਂ ਦਿਖਾ ਦਈਏ ਕਿ ਅਸੀਂ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਪਹੁੰਚੇ ਹਾਂ, ਜਿੱਥੇ ਵਿਦਿਆਰਥੀਆਂ ਨੂੰ ਜਦੋਂ ਇਸ ਖਬਰ ਦੇ ਬਾਰੇ ਪਤਾ ਚੱਲਿਆ ਤਾਂ ਉਹ ਜਿਹੜੇ ਆਪਣੇ ਗਾਈਡਰਸ ਹੈਗੇ ਨੇ, ਜਿਹੜੇ ਇਮੀਗ੍ਰੇਸ਼ਨ ਦੇ ਐਕਸਪਰਟ ਹੈਗੇ ਨੇ, ਉਹਨਾਂ ਦੇ ਕੋਲ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ। ਸਟੂਡੈਂਟਸ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਜਿਹੜੇ ਐਕਸਪਰਟ ਹੈਗੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕੈਨੇਡਾ ਦੀ ਗੌਰਮੈਂਟ ਨੇ ਕਿਹੜੇ ਜਿਹੜੇ ਆ ਰੂਲਸ ਜਿਹੜੇ ਨੇ ਨਵੇਂ ਉਹ ਲਿਆਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਸਟੂਡੈਂਟਸ ਨੂੰ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ। ਸਰ, ਜਿਹੜਾ ਕੈਨੇਡਾ ਗੌਰਮੈਂਟ ਨੇ ਨਵੇਂ ਰੂਲਸ ਦੀ ਗੱਲ ਆ ਰਹੀ ਹੈ ਕਿ ਲਿਆਂਦੇ ਨੇ, ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਪੰਜਾਬ ਦੇ ਅਗਰ ਗੱਲ ਕਰੀਏ ਤਾਂ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਤਾਂ ਕਿੰਨਾ ਕੁ ਉਹਦੇ ਉੱਤੇ ਸਰ ਅਸਰ ਪਵੇਗਾ, ਕਿਉਂਕਿ ਉੱਥੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਰੀਸੈਂਟਲੀ ਗਏ ਨੇ ਜਾਂ ਜਾਣ ਵਾਲੇ ਨੇ? ਦੇਖੋ, ਕੈਨੇਡਾ ਨੇ ਕੋਈ ਪਹਿਲੀ ਵਾਰੀ ਨਹੀਂ ਕੀਤਾ, ਇਸ ਸਾਲ ਦੇ ਵਿੱਚ 4 ਵਾਰੀ ਰੂਲ ਚੇਂਜ ਹੋ ਚੁੱਕੇ ਨੇ। ਦਸੰਬਰ 2023 ਦੇ ਵਿੱਚ ਪਹਿਲੇ ਉਹਨਾਂ ਨੇ GIC ਵਧਾਇਆ, ਫਿਰ ਉਹਨਾਂ ਨੇ ਕੈਪਿੰਗ ਕੀਤੀ, ਇਸ ਤਰ੍ਹਾਂ ਸਟੈਪ ਬਾਏ ਸਟੈਪ ਕਰਦੇ ਕਰਦੇ ਅੱਜ ਉਹਨਾਂ ਨੇ ਅਨਾਊਂਸ ਕਰਤਾ ਕਿ ਹੁਣ LMIA ਵੀ ਨਹੀਂ ਮਿਲੇਗਾ। ਇਹਦਾ ਮਤਲਬ ਇਹ ਹੈ ਕਿ ਵਰਕ ਪਰਮਿਟ ਨਹੀਂ ਮਿਲੇਗਾ ਉਹਨਾਂ ਲੋਕਾਂ ਨੂੰ ਜਿਹੜੇ ਵਿਜ਼ਿਟਰ ਵੀਜ਼ਾ 'ਤੇ ਜਾਂਦੇ ਸੀਗੇ ਜਾਂ ਪ੍ਰਾਈਵੇਟ ਕਾਲਜ 'ਚ ਜਾਂਦੇ ਸੀ, ਉਹਨਾਂ ਦਾ ਵਰਕ ਪਰਮਿਟ ਗੌਰਮੈਂਟ ਨੇ ਬੰਦ ਕਰਤਾ। ਹੁਣ ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਸਿਰਫ ਔਰ ਸਿਰਫ ਯੂਨੀਵਰਸਿਟੀ ਲੈਵਲ 'ਤੇ ਪੜ੍ਹੋਗੇ, ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਕਰੋਗੇ ਤਾਂ ਤੁਸੀਂ ਸੈਟਲ ਹੋ ਸਕਦੇ ਹੋ, ਡਿਪਲੋਮਾ ਕਰਨ ਵਾਲਾ ਬੱਚਾ ਅੱਗੋਂ ਆਉਣ ਵਾਲੇ ਟਾਈਮ 'ਤੇ ਸੈਟਲ ਨਹੀਂ ਹੋ ਪਾਏਗਾ। ਹਾਲਾਂਕਿ ਉਹਨਾਂ ਨੇ ਵੀਜ਼ੇ ਨਹੀਂ ਬੰਦ ਕੀਤੇ ਨੇ, ਪਰ ਉਹਨਾਂ ਨੇ ਕੈਪਿੰਗ ਕਰਨ ਤੋਂ ਬਾਅਦ ਅੱਜ ਆਖੀਆ ਰੂਲ ਚੇਂਜ ਕਰਤਾ, ਹੁਣ LMIA ਨਹੀਂ ਮਿਲੇਗੀ। ਸਟੂਡੈਂਟ ਤਾਂ ਪਹਿਲਾਂ ਵੀ ਘਬਰਾਇਆ ਹੋਇਆ ਸੀ, ਜਾਂ ਇਹਦੇ ਨਾਲ ਹੋਰ ਜ਼ਿਆਦਾ ਘਬਰਾ ਗਿਆ। ਲੱਗਦਾ ਸਰ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਸਟੂਡੈਂਟਸ ਗਏ ਨੇ ਉਹ ਕਿੰਨਾ ਕੁ ਇਫੈਕਟ ਹੈ, ਕਿਉਂਕਿ ਦੱਸਿਆ ਜਾ ਰਿਹਾ 7 ਤੋਂ 8 ਲੱਖ ਸਟੂਡੈਂਟ ਜਿਹੜੇ ਨੇ ਉਹ ਵਾਪਸੀ ਕਰ ਸਕਦੇ ਨੇ, ਉਹਨਾਂ ਦੇ ਉੱਤੇ ਜਿਹੜੀ ਗਾਜ ਗਿਰ ਸਕਦੀ ਹੈ? ਬਿਲਕੁਲ ਬੈਡਲੀ ਇਫੈਕਟਡ ਨੇ ਜੀ ਸਟੂਡੈਂਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਹੜਾ ਬੱਚਾ ਪਹਿਲੇ ਛੋਟਾ ਮੋਟਾ ਕੋਰਸ ਲੈ ਕੇ ਚਲਾ ਗਿਆ ਉਹਦੀ ਪੋਸੀਬਿਲਿਟੀ ਘੱਟ ਗਈ ਹੈ, ਜਿਹੜਾ ਬੱਚਾ ਬਹੁਤ ਜ਼ਿਆਦਾ ਵਧੀਆ ਡਿਗਰੀ ਨਹੀਂ ਲਈ ਉਹਨੇ ਉਹਦੀ ਪੋਸੀਬਿਲਿਟੀ ਘੱਟ ਹੈ, ਜਿਹਦਾ ਇੰਗਲਿਸ਼ ਲੈਂਗੁਏਜ ਸਹੀ ਨਹੀਂ ਹੈਗਾ ਉਹਦੀ ਪੋਸੀਬਿਲਿਟੀ ਘੱਟ ਹੈ। ਇਹ ਸਾਰੀਆਂ ਚੀਜ਼ਾਂ ਦਾ ਉੱਤੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਤਾਂ ਪ੍ਰੋਬਲਮ ਆਉਣੀ ਆਉਣੀ ਹੈ ਜਾਂ ਜਿਨ੍ਹਾਂ ਨੇ ਜਾ ਕੇ ਪੜ੍ਹਾਈਆਂ ਛੱਡੀਆਂ, ਪੜ੍ਹਾਈ ਛੱਡਣ ਤੋਂ ਬਾਅਦ ਜਿਨ੍ਹਾਂ ਨੇ ਉੱਥੇ ਜਾ ਕੇ ਸਿੱਧਾ ਡਾਇਰੈਕਟ ਵਰਕ ਪਰਮਿਟ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਆਏਗੀ। ਸਰ, ਕਿਤੇ ਨਾ ਕਿਤੇ ਆਸਟ੍ਰੇਲੀਆ ਦਾ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਵੀ ਕੈਨੇਡਾ ਨੇ ਰੂਲਸ ਚੇਂਜ ਕੀਤੇ ਨੇ, ਗਾਈਡਲਾਈਨਸ ਕੁਛ ਜਾਰੀ ਕੀਤੀਆਂ ਨੇ, ਤਾਂ ਹੁਣ ਆਸਟ੍ਰੇਲੀਆ ਨੇ ਵੀ ਕੁਛ ਜਿਹੜੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ? ਦੇਖੋ, ਪਹਿਲੇ ਕੈਨੇਡਾ, ਫਿਰ UK, ਹੁਣ 3 ਨੰਬਰ 'ਤੇ ਆਸਟ੍ਰੇਲੀਆ ਰਹੀ ਸੀ, ਕਸਰ ਇਹਨਾਂ ਨੇ ਪੂਰੀ ਕਰਤੀ ਹੈ। ਕੱਲ੍ਹ 27 ਅਗਸਤ 2024 ਨੂੰ ਆਸਟ੍ਰੇਲੀਆ ਨੇ ਵੀ ਰੂਲ ਚੇਂਜ ਕਰਤੇ ਆ, ਇਹਨਾਂ ਨੇ ਵੀ ਕੈਪਿੰਗ ਕਰਤੀ ਹੈ। ਆਸਟ੍ਰੇਲੀਆ ਪਹਿਲੇ ਹਰ ਬੰਦੇ ਨੂੰ ਵੀਜ਼ਾ ਦੇ ਰਿਹਾ ਸੀ, ਹੁਣ ਆਸਟ੍ਰੇਲੀਆ ਕਹਿੰਦਾ ਕਿ ਅਸੀਂ ਸਾਲ 'ਚ ਸਿਰਫ 2,70,000 ਵੀਜ਼ੇ ਦੇਣੇ ਨੇ, ਉਹ ਵੀ ਪੂਰੀ ਦੁਨੀਆ ਦੇ, ਇੰਡੀਆ ਦੇ ਨਹੀਂ। ਹੁਣ ਇੰਡੀਆ, ਪਾਕਿਸਤਾਨ, ਚਾਈਨਾ, ਬੰਗਲਾਦੇਸ਼, ਹਰ ਦੇਸ਼ 'ਚੋਂ ਬੱਚਾ ਆਸਟ੍ਰੇਲੀਆ ਪੜ੍ਹਨ ਜਾਂਦਾ ਹੈ। 2,70,000 ਬੱਚਾ ਬਹੁਤ ਘੱਟ ਹੈ ਐਜ਼ ਕੰਪੇਅਰ ਟੂ 8 ਲੱਖ ਬੱਚਾ ਜਿਹੜਾ ਹਰ ਸਾਲ ਦਾ ਜਾਂਦਾ ਸੀਗਾ। ਸੋ ਕੰਪੈਰੇਟਿਵਲੀ ਨੰਬਰ ਬਹੁਤ ਘੱਟ ਗਿਆ, ਹੁਣ ਉਹਨਾਂ ਨੂੰ ਵੀਜ਼ਾ ਮਿਲੇਗਾ ਜਿਹੜੇ ਐਲੀਜੀਬਲ ਹੈ। ਦੇਖੋ, ਹਰ ਚੀਜ਼ ਦਾ ਪੋਜ਼ਿਟਿਵ ਨੈਗੇਟਿਵ ਤਾਂ ਹੈਗਾ ਹੀ ਹੈ, ਇਹਦੀ ਪੋਜ਼ਿਟਿਵ ਸਾਈਡ ਇਹ ਹੈਗੀ ਹੈ ਕਿ ਵਧੀਆ ਬੱਚਾ ਜਿਹੜਾ ਹੈ ਉੱਥੇ ਜਾ ਪਾਏਗਾ, ਜਿਹੜਾ ਹਲਕਾ ਬੱਚਾ, ਜਿਹੜਾ ਹਰ ਬੱਚਾ ਵੀਜ਼ਾ ਲੈ ਕੇ ਜਾ ਪਾ ਰਿਹਾ ਸੀਗਾ ਉਹਦੀ ਪੋਸੀਬਿਲਿਟੀ ਘੱਟ। ਲੱਗਦਾ ਕਿਤੇ ਨਾ ਕਿਤੇ ਆਮ ਤੌਰ 'ਤੇ ਪੇਰੈਂਟਸ ਦਾ ਵੀ ਨਾਲ ਕਿਤੇ ਨਾ ਕਿਤੇ ਹੁੰਦਾ ਸੀ ਕਿ ਉਹ ਵੀ ਆਪਣਾ ਵੀਜ਼ਾ ਅਪਲਾਈ ਕਰਦੇ ਸੀ, ਉੱਥੇ ਜਾ ਕੇ ਵਰਕ ਪਰਮਿਟ ਜਿਹੜਾ ਮਿਲ ਜਾਂਦਾ ਸੀਗਾ ਸਟੱਡੀ ਪੂਰੀ ਕਰਨ ਤੋਂ ਬਾਅਦ, ਤਾਂ ਹੁਣ ਰੋਕ ਲੱਗੀ ਕਿਤੇ ਨਾ ਕਿਤੇ? ਦੇਖੋ, ਦੋ ਚੀਜ਼ਾਂ ਨੇ ਜੀ, ਜਿਹੜਾ ਵਰਕ ਪਰਮਿਟ ਪੇਰੈਂਟਸ ਲੈ
ਲੈ ਰਹੇ ਸੀਗੇ ਜਾ ਕੇ ਵਿਜ਼ਟਰ ਵੀਜ਼ਾ 'ਤੇ ਜਾ ਕੇ, ਜਿਹੜੇ ਛੋਟੀ ਜੋਬ ਕਰ ਰਹੇ ਸੀਗੇ, ਕੈਸ਼ੀਅਰ ਲੈਵਲ ਦੀ ਜੋਬ ਜਾਂ ਵਰਕਰ ਲੈਵਲ ਦੀ ਜੋਬ ਕਰ ਰਹੇ ਸੀਗੇ, ਉਹ ਬੰਦ ਹੋ ਗਿਆ ਹੁਣ ਉਹਨਾਂ ਨੇ ਕਰਤਾ। ਹੁਣ ਸਿਰਫ ਮੈਨੇਜਰੀਅਲ ਲੈਵਲ 'ਤੇ ਜਿਨ੍ਹਾਂ ਕੋਲ ਇੱਥੇ 10-15 ਸਾਲ ਦਾ ਮੈਨੇਜਰ ਦਾ ਐਕਸਪੀਰੀਅੰਸ ਹੈਗਾ, ਵਧੀਆ ਐਕਸਪੀਰੀਅੰਸ ਹੈ, ਉੱਥੇ $27-28 ਦੀ ਜੋਬ ਕਰ ਸਕਦੇ ਘੱਟੋ ਘੱਟ, ਉਹਨਾਂ ਨੂੰ ਵਰਕ ਪਰਮਿਟ ਮਿਲੇਗਾ। ਜਿਹੜਾ ਪਹਿਲੇ ਹਰ ਬੰਦਾ $14-15 ਦੀ ਜੋਬ ਵਾਲਾ ਜਾ ਰਿਹਾ ਸੀਗਾ, ਉਹ ਉਹਨਾਂ ਨੇ ਬੰਦ ਕਰ ਦਿੱਤਾ ਹੋਇਆ $14-15 ਵਾਲੀ ਜੋਬ। ਪਹਿਲੇ ਕੀ ਹੁੰਦਾ ਸੀ ਕਿ ਬੇਸਿਕ ਸੈਲਰੀ 'ਤੇ ਕੋਈ ਵੀ ਚਲਾ ਜਾਂਦਾ ਹੁੰਦਾ ਸੀ, ਉਹਨੂੰ ਵਰਕ ਪਰਮਿਟ ਮਿਲ ਜਾਂਦਾ ਸੀਗਾ, ਉਹ ਗੌਰਮੈਂਟ ਨੇ ਬੰਦ ਕਰਤਾ। ਹੁਣ ਸੀਨੀਅਰ ਮੈਨੇਜਰ ਵਾਲੇ ਪੋਜੀਸ਼ਨ ਦੇ ਉੱਪਰ ਹੀ ਜੇ ਕੋਈ ਕੰਮ ਕਰਦਾ, ਉਹਦਾ ਐਕਸਪੀਰੀਅੰਸ ਹੈਗਾ, ਉਹਨੂੰ ਵਰਕ ਪਰਮਿਟ ਗੌਰਮੈਂਟ ਦੇਵੇਗੀ, ਬਾਕੀਆਂ ਨੂੰ ਨਹੀਂ ਦੇਵੇਗੀ। ਇਹ ਵੀ ਆ ਰਿਹਾ ਜੀ ਕਿਤੇ ਨਾ ਕਿਤੇ ਆਪਣੇ ਸਿਟੀਜ਼ਨਸ ਨੂੰ ਉਹ ਜ਼ਿਆਦਾਤਰ ਜਿਹੜੀ ਆ ਤਵੱਜੋ ਦੇਣ ਦੀ ਗੱਲ ਕਰ ਰਹੇ ਆ, ਤਾਂ ਬੇਰੁਜ਼ਗਾਰੀ ਦੀ ਕਿਤੇ ਨਾ ਕਿਤੇ ਗੱਲ ਆ ਰਹੀ ਹੈ ਕਿ ਉੱਥੇ ਜਿਹੜਾ ਕੰਮ ਨਹੀਂ ਹੈਗਾ। ਦੇਖੋ ਉਹਦੇ ਵਾਸਤੇ ਰਿਸਪੋਂਸੀਬਲ ਵੀ ਉਹ ਆਪ ਹੀ ਨੇ, ਪਹਿਲੇ ਉਹਨਾਂ ਨੇ ਇੰਨੇ ਦਰਵਾਜ਼ੇ ਖੋਲ੍ਹੇ ਹੋਏ ਸੀ ਕਿ ਹਰ ਬੰਦੇ ਨੂੰ ਉਹਨਾਂ ਨੇ ਵੀਜ਼ਾ ਦਿੱਤਾ, ਜਿਹੜੀ ਐਲੀਜੀਬਿਲਟੀ ਨਹੀਂ ਬਣਦੀ ਸੀ ਉਹਨੂੰ ਵੀ ਉਹਨਾਂ ਨੇ ਵੀਜ਼ਾ ਦਿੱਤਾ ਹੈ। ਹੁਣ ਜਦੋਂ ਉਹਨਾਂ ਕੋਲ ਰਸ਼ ਬਹੁਤ ਜ਼ਿਆਦਾ ਹੋ ਗਿਆ, ਪੈਸਾ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਹੋਇਆ ਉਹਨਾਂ ਨੇ, ਹੁਣ ਉਹਨਾਂ ਨੂੰ ਆਪਣੀ ਜਨਰੇਸ਼ਨ ਵੀ ਥੋੜ੍ਹੀ ਯਾਦ ਆ ਗਈ ਹੈ ਕਿ ਅਸੀਂ ਆਪਣੀ ਜਨਰੇਸ਼ਨ ਹੈ। ਸਾਰਾ ਪੋਲੀਟੀਕਲ ਡਰਾਮਾ ਹੈ ਜੀ, ਕਿਉਂਕਿ ਅਗਲੇ ਸਾਲ ਇਲੈਕਸ਼ਨ ਨੇ ਕੈਨੇਡਾ ਦੇ ਵਿੱਚ, ਹੁਣ ਉਹਨਾਂ ਨੇ ਆਪਣੀ ਪਬਲਿਕ ਨੂੰ ਦਿਖਾਉਣਾ ਕਿ ਦੇਖੋ ਜੀ ਅਸੀਂ ਆਪਣੇ ਦੇਸ਼ ਬਾਰੇ ਸੋਚਦੇ ਪਏ ਹਾਂ। ਪਰ ਜਨਤਾ ਤਾਂ ਜਨਾਰਦਨ ਹੈ ਜੀ, ਉਹਨੂੰ ਸਭ ਕੁਝ ਪਤਾ, ਉਹਨਾਂ ਨੂੰ ਪਤਾ ਕਿ 10 ਸਾਲ ਤੁਸੀਂ ਪਹਿਲੇ ਨੋਟ ਇਕੱਠੇ ਕੀਤੇ ਨੇ, ਲੋਕਾਂ ਨੂੰ ਬੁਲਾਇਆ, ਹੁਣ ਆ ਕੇ ਤੁਸੀਂ ਕਹਿੰਦੇ ਪਏ ਕਿ ਅਸੀਂ ਆਪਣੇ ਦੇਸ਼ ਵਾਸਤੇ ਸੋਚਦੇ ਹਾਂ। ਲੈਟਸ ਸੀ ਕਿ ਸਟੂਡੈਂਟਾਂ ਦੇ ਮਨਾਂ ਦੇ ਵਿੱਚ ਰੋਸ਼ ਹੈ, ਤੁਹਾਡੇ ਨਾਲ ਗੱਲਬਾਤ ਵੀ ਹੋਈ ਹੈ, ਕਿਉਂਕਿ ਗਾਈਡਰ ਤੁਸੀਂ ਹੋ, ਗਾਈਡ ਕਰ ਰਹੇ ਹੋ ਉਹਨਾਂ ਨੂੰ, ਕਿਤੇ ਨਾ ਕਿਤੇ ਇੱਕ ਨਵਾਂ ਭਵਿੱਖ ਆ ਵਿਦੇਸ਼ ਜਾਣ ਦਾ। ਜੀ ਦੇਖੋ, ਬੱਚਾ ਕਨਫਿਊਜ਼ ਹੋ ਗਿਆ, ਪਹਿਲੇ ਬੱਚਾ ਕੈਨੇਡਾ ਸੋਚਦਾ ਸੀ, ਆ ਕੈਨੇਡਾ ਨੇ ਹੱਥ ਖਿੱਚ ਲਏ, ਬੱਚਾ ਆਸਟ੍ਰੇਲੀਆ ਸੋਚਦਾ ਸੀ, ਆਸਟ੍ਰੇਲੀਆ ਨੇ ਹੱਥ ਖਿੱਚ ਲਏ, ਬੱਚਾ UK ਸੋਚਦਾ ਸੀ, UK ਸਪਾਊਸ ਵੀਜ਼ਾ ਹੈ ਨਹੀਂ ਆ। ਕਿਤੇ ਨਾ ਕਿਤੇ ਬੱਚਾ ਕਨਫਿਊਜ਼ ਹੈ, ਪੜ੍ਹਨਾ ਤਾਂ ਬੱਚੇ ਨੇ ਹੈਗਾ ਹੈ ਔਰ ਬੱਚੇ ਦਾ ਹੱਕ ਵੀ ਹੈ ਇੰਟਰਨੈਸ਼ਨਲ ਐਜੂਕੇਸ਼ਨ ਲੈਣਾ, ਪਰ ਫਿਲਹਾਲ ਬੱਚਾ ਕਨਫਿਊਜ਼ ਹੈ ਕਿ ਕਰੇ ਕੀ। ਸੋ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ, ਕਿੱਥੇ ਦੀ ਤਿਆਰੀ ਕਰ ਰਹੇ ਸੀਗੇ ਜੀ? ਵੈਸੇ ਤਾਂ ਹਰ ਇੱਕ ਬੱਚੇ ਦਾ ਪਹਿਲਾਂ ਫਸਟ ਡ੍ਰੀਮ ਕੰਟਰੀ ਤਾਂ ਕੈਨੇਡਾ ਹੀ ਹੁੰਦੀ ਹੈ, ਅਤੇ ਉੱਥੋਂ ਦਾ ਹੀ ਪਲੈਨਿੰਗ ਸੀਗੀ ਜਾਂ ਫਿਰ ਉਸ ਤੋਂ ਕੈਨੇਡਾ ਦੇ ਵਿੱਚ ਜਿਹੜੀ ਹੈ ਗਾਈਡਲਾਈਨਸ ਚੇਂਜ ਹੋ ਗਈਆਂ ਨੇ, ਔਰ ਕਿਹਾ ਜਾ ਰਿਹਾ ਕਿ ਜਿਹੜੇ ਉੱਥੋਂ ਦੇ ਜਿਹੜੇ ਪਹਿਲਾਂ ਜਿਹੜੇ ਸਟੂਡੈਂਟ ਭੇਜੇ ਨੇ ਉਹ ਵੀ ਕਿਤੇ ਨਾ ਕਿਤੇ ਵਾਪਸ ਆਉਣ ਦੀ ਤਿਆਰੀ 'ਚ ਨੇ। ਇਹ ਤਾਂ ਮਤਲਬ ਕਿ ਸਟ੍ਰੈਸ ਵਾਲੀ ਗੱਲ ਤਾਂ ਹੈਗੀ ਹੈ, ਬੱਚਿਆਂ 'ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਬਿਕੋਜ਼ ਇਹਦੇ ਨਾਲ ਹੋਰ ਜ਼ਿਆਦਾ ਆਪਾਂ ਨੂੰ ਬੈਂਡ ਰਿਕੁਆਇਰਮੈਂਟ ਵੀ ਚਾਹੀਦੀ ਅਗਰ ਆਪਾਂ ਆਪਣੀ ਪ੍ਰੋਫਾਈਲ ਸਟਰੋਂਗ ਕਰਨੀ ਹੈ, ਅਤੇ ਤਾਂ ਕਿ ਕੰਟਰੀ ਤੋਂ ਰਿਜੈਕਸ਼ਨ ਵੀ ਨਾ ਆਵੇ। ਅਤੇ ਮਤਲਬ ਇੱਕ ਤਰ੍ਹਾਂ ਦਾ ਬੈਨੀਫਿਟ ਵੀ ਹੈ, ਮਤਲਬ ਕਿ ਜਿਹੜੇ ਐਲੀਜੀਬਲ ਬੱਚੇ ਨੇ ਉਹਨਾਂ ਲਈ ਇਹ ਫਿਊਚਰ ਸਿਕਿਓਰ ਹੋ ਰਿਹਾ, ਅਤੇ ਉਹਨਾਂ ਲਈ ਜ਼ਿਆਦਾ ਅਪੋਰਚੁਨਿਟੀਜ਼ ਖੁੱਲ੍ਹ ਰਹੀਆਂ ਨੇ। ਕੋਈ ਰਿਸ਼ਤੇਦਾਰ ਵਗੈਰਾ ਵੀ ਗਏ ਹੋਏ ਨੇ, ਕੋਈ ਲੱਗਦਾ ਕਿ ਕੋਈ ਅਪਰੋਚ ਉੱਥੇ ਤੱਕ? ਹਾਂਜੀ, ਇੱਦਾਂ ਤਾਂ ਕਜ਼ਨਸ ਹੈਗੇ ਨੇ, ਬਟ ਫਿਰ ਵੀ ਜੋ ਗਵਰਨਮੈਂਟ ਦੇ ਰੂਲ ਰੈਗੂਲੇਸ਼ਨਸ ਨੇ ਤਾਂ ਸਾਰਿਆਂ ਨੂੰ ਫੋਲੋ ਕਰਨੇ ਪੈਂਦੇ ਨੇ। ਤੁਸੀਂ ਕਿਵੇਂ ਦੇਖਦੇ ਹੋ ਜੀ, ਕਿਹੜੀ ਕੰਟਰੀ ਜਾਣਾ ਸੀ ਤੁਸੀਂ? ਪਹਿਲੀ ਪ੍ਰੈਫਰੈਂਸ ਤਾਂ ਕੈਨੇਡਾ ਨੂੰ ਸੀਗੀ, ਅਤੇ ਜਦੋਂ ਇਹ ਰੂਲ ਆਏ ਨੇ ਅਤੇ ਮੇਰਾ ਮਤਲਬ ਜਿਹੜੇ ਐਲਡਰ ਸਿਸਟਰ ਨੇ ਉਹ ਵੀ ਬਾਹਰ ਨੇ, ਮਤਲਬ ਸਟੱਡੀ ਵੀਜ਼ੇ 'ਤੇ ਗਏ ਸੀਗੇ, ਉਹ ਵੀ ਮੈਡੀਕਲ ਦੀ ਸਟੱਡੀ 'ਤੇ, ਅਤੇ ਫਿਰ ਉਹਨਾਂ ਨੇ ਵੀ ਸਾਨੂੰ ਮਤਲਬ ਦੱਸਿਆ, ਅਤੇ ਫਿਰ ਜਦੋਂ ਇੱਥੇ ਇੰਸਟੀਟਿਊਟ ਆ ਕੇ ਸਾਨੂੰ ਪਤਾ ਲੱਗਾ, ਸਾਡੇ ਗਾਈਡਰ ਨੇ ਸਾਨੂੰ ਦੱਸਿਆ, ਉਸ ਟਾਈਮ ਫਿਰ ਕਰੇ ਸੀ ਗੱਲਬਾਤ ਕੀਤੀ, ਅਤੇ ਫਿਰ ਹੁਣ ਪਲੈਨਿੰਗ ਵਗੈਰਾ ਚੇਂਜ ਹੋ ਰਹੀ ਹੈ ਕਿ ਦੀਦੀ ਦਾ ਵੀ ਇੱਦਾਂ ਹੋ ਰਿਹਾ ਕਿ ਦੀਦੀ ਦਾ ਵੀ ਮਤਲਬ ਆਉਣ ਦੇ ਪਲੈਨ ਬਣ ਰਿਹਾ, ਹੁਣ ਡਿਗਰੀ ਆਊਟ ਆਫ ਕੰਪਲੀਟ ਤੋਂ ਬਾਅਦ ਫਿਰ ਉਹਨਾਂ ਨੂੰ ਆਉਣਾ ਹੀ ਪੈਣਾ ਐਟ ਦੀ ਐਂਡ। ਕਿਹਾ ਜਾ ਰਿਹਾ ਕਿ ਜਿਨ੍ਹਾਂ ਦੇ ਨੋਰਮਸ ਪੂਰੇ ਨੇ, ਡਾਕੂਮੈਂਟਸ ਪੂਰੇ ਨੇ, ਉਹਨਾਂ ਨੂੰ ਜਿਹੜੀ ਆ ਪਿਓਰਿਟੀ ਮਿਲ ਸਕਦੀ ਹੈ, ਤਾਂ ਲੱਗਦਾ ਕਿ ਤੁਹਾਡੇ ਡਾਕੂਮੈਂਟਸ ਜਿਹੜੇ ਪੂਰੇ ਹੈਗੇ ਨੇ ਜਾਂ ਪਿਓਰਿਟੀ ਮਿਲ ਸਕਦੀ? ਵੈਲ ਉਹ ਤਾਂ ਹੁਣ ਅੱਗੇ ਦਾ ਹੀ ਪਤਾ ਚੱਲੇ, ਕਿਉਂਕਿ ਪਿਓਰਿਟੀ ਤਾਂ ਜਿਹੜੀ ਹੈਗੀ ਆ ਉਹ ਤਾਂ ਅਸੀਂ ਆਪਣੇ ਵੱਲੋਂ ਤਾਂ ਪਿਓਰਿਟੀ ਪੂਰੀ ਰੱਖਾਂਗੇ, ਬਟ ਹੁਣ ਦੇਖੋ ਉਹਨਾਂ ਦੀ ਗਵਰਨਮੈਂਟ ਦੇ ਉੱਪਰ ਡਿਸੀਜ਼ਨ ਦੇ ਉੱਪਰ ਆ ਕਿ ਉਹਨਾਂ ਨੇ ਕਿੱਦਾਂ ਕਰਨਾ ਅਤੇ ਕਿਆ ਹੈਂਡਲ। ਤਿਆਰੀ ਸੀਗੀ ਜਾਣ ਦੀ ਹੁਣ? ਹਾਂਜੀ ਹਾਂਜੀ, ਤਿਆਰੀ ਤਾਂ ਸੀਗੀ, ਬਸ ਹੁਣ ਫਾਈਲਸ ਵਗੈਰਾ ਤਾਂ ਕਰਨਾ ਸੀਗਾ, ਅਤੇ ਬਟ ਹੁਣ ਇਹ ਤੋਂ ਮਤਲਬ ਜਦੋਂ ਇਨਫੋਰਮੇਸ਼ਨ ਮਿਲੀ ਆ ਤਾਂ ਫਿਰ ਥੋੜ੍ਹਾ ਮਤਲਬ ਸਟੇ ਲੈਣਾ ਪਏਗਾ, ਹੁਣ ਥੋੜ੍ਹਾ ਸੋਚ ਵਿਚਾਰ ਕੇ ਥੋੜ੍ਹਾ ਸੋਚ ਵਿਚਾਰ। ਹਾਂ, ਹੋਰ ਵੀ ਕੋਈ ਕੰਟਰੀ ਦਾ ਪਲਾਨ ਕੀਤਾ ਸੀ ਕਿ ਕਿਸੇ ਹੋਰ ਕੰਟਰੀ ਚੱਲ ਜਾਈਏ ਕਿ ਰੂਲ ਰੈਗੂਲੇਸ਼ਨ ਚੇਂਜ ਹੋ ਰਹੇ ਨੇ? ਹੋਰ ਫਿਲਹਾਲ ਤਾਂ ਨਹੀਂ ਕੀਤਾ ਸੀ ਪਹਿਲਾਂ, ਬਟ ਹੁਣ ਦੇਖਦੇ ਹਾਂ UK ਵਗੈਰਾ ਦਾ ਸੋਚ ਰਹੇ ਥੋੜ੍ਹਾ, ਅਤੇ ਹੁਣ ਬਾਕੀ ਅੱਗੇ ਜੋ ਵੀ ਦੇਖੋ ਕੀ ਬਣਦਾ ਉਹਦੇ ਹਿਸਾਬ ਨਾਲ ਹੀ ਕਰਾਂਗੇ।
ਕਿਵੇਂ ਦੇਖਦੇ ਹੋ ਜੀ ਕੈਨੇਡਾ ਜਿਹੜੀ ਆ ਗੌਰਮੈਂਟ ਨੇ ਗਾਈਡਲਾਈਨਸ ਚੇਂਜ ਕੀਤੀਆਂ ਨੇ ਔਰ ਆਸਟ੍ਰੇਲੀਆ ਦੀ ਵੀ ਜਿਹੜੀ ਆ ਗਾਈਡਲਾਈਨਸ ਚੇਂਜ ਹੋਈਆਂ ਨੇ ਦੋ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਦੋ ਗੌਰਮੈਂਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਆਪਣੇ ਜਿਹੜੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਖਾਸ ਕਰ ਉਹ ਗਾਈਡਲਾਈਨਸ ਚੇਂਜ ਕੀਤੀਆਂ ਨੇ ਹਾਂਜੀ ਸਰ ਕੈਨੇਡਾ ਨੇ ਆਪਣਾ ਰੂਲ ਚੇਂਜ ਕਰ ਦਿੱਤੇ ਆ ਆਸਟ੍ਰੇਲੀਆ ਨੇ ਵੀ ਕੀਤੇ ਆ ਬਟ ਪਹਿਲਾਂ ਮੇਰਾ ਪਲੈਨ ਸੀਗਾ ਆਸਟ੍ਰੇਲੀਆ ਜਾਣ ਦਾ ਫਿਰ ਬਾਅਦ ਵਿੱਚ ਜਦੋਂ ਆਸਟ੍ਰੇਲੀਆ ਦੇ ਰੂਲ ਚੇਂਜ ਹੋਏ ਫਿਰ ਮੈਂ ਸੋਚਿਆ ਸੀ ਕੈਨੇਡਾ ਜਾਣ ਦਾ ਹੁਣ ਉੱਥੇ ਦੇ ਵੀ ਰੂਲ ਚੇਂਜ ਹੋ ਗਏ ਹੁਣ ਤਾਂ ਕੋਈ ਹੋਰ ਕੰਟਰੀ ਹੋਊਗੀ ਉੱਥੇ ਦੇ ਸਟੂਡੈਂਟ ਵੀ ਕਿਤੇ ਨਾ ਕਿਤੇ ਰੋਸ ਪ੍ਰਗਟਾ ਰਹੇ ਨੇ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਸਾਨੂੰ ਵਾਪਸ ਨਾ ਭੇਜਿਆ ਜਾਵੇ ਤਾਂ ਤੁਸੀਂ ਤਿਆਰੀ ਕਰ ਰਹੇ ਹੋ ਕਿੱਥੇ ਤੱਕ ਪ੍ਰੋਸੈਸ ਤੁਹਾਡਾ ਜਿਹੜਾ ਜਾਰੀ ਹੈ ਸਰ ਸਾਡੇ ਵੱਲੋਂ ਤਾਂ ਪੂਰੀ ਤਿਆਰੀ ਹੈ ਬਟ ਹੁਣ ਜਿੱਥੇ ਹੁਣ ਪਲੈਨਿੰਗ ਹੋਣੀ ਹੈ ਉੱਥੇ ਦੇ ਰੂਲ ਨਾਲ ਚੇਂਜ ਹੋਣੇ ਬਸ ਇਹੀ ਹੈ ਕੀ ਲੱਗਦਾ ਸਟੇ ਲੱਗ ਗਈ ਇੱਥੇ ਲੱਗ ਤਾਂ ਰਿਹਾ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਆਏ ਹੋ ਅੱਜ ਆਪਣੇ ਗਾਈਡਰ ਦੇ ਕੋਲ ਗੱਲਬਾਤ ਕੀਤੀ ਹੈ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਰੂਲਸ ਨੂੰ ਲੈ ਕੇ ਹਾਂਜੀ ਮੈਨੂੰ ਹੁਣੇ ਪਤਾ ਚੱਲਿਆ ਕਿ ਕੈਨੇਡਾ ਨੇ ਵੀ ਕਾਫੀ ਰੂਲਸ ਚੇਂਜ ਕਰ ਦਿੱਤੇ ਨੇ ਪਰ ਇਹਦੇ ਨਾਲ ਥੋੜ੍ਹਾ ਜਿਹਾ ਪ੍ਰੋਬਲਮ ਵੀ ਹੈ ਹੁਣ ਮਿਹਨਤ ਹੋਰ ਜ਼ਿਆਦਾ ਕਰਨੀ ਪਏਗੀ ਪਰ ਅੱਛਾ ਵੀ ਹੈ ਕਿ ਐਲੀਜੀਬਲ ਸਟੂਡੈਂਟਸ ਨੂੰ ਹੀ ਅਲਾਓ ਕੀਤਾ ਜਾਏਗਾ ਹੁਣ ਪਹਿਲਾਂ ਹਰ ਕੋਈ ਹਰ ਘਰ ਦੇ ਵਿੱਚ ਲੋਕ ਪ੍ਰੈਫਰ ਕਰਦੇ ਸੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਪਰ ਹੁਣ ਹਰ ਕੋਈ ਨਹੀਂ ਜਾ ਸਕਦਾ ਜੋ ਮਿਹਨਤੀ ਬੱਚੇ ਨੇ ਜੋ ਮਿਹਨਤ ਕਰਨਾ ਚਾਹੁੰਦੇ ਨੇ ਸਿਰਫ ਉਹੀ ਐਲੀਜੀਬਲ ਨੇ ਜਾਣ 'ਚ ਅਤੇ ਅੱਛੀ ਵੀ ਗੱਲ ਹੈ ਅਗਰ ਚਲੇ ਜਾਂਦੇ ਹੋ ਐਲੀਜੀਬਲ ਹੋ ਜਾਂਦੇ ਹੋ ਨੋਰਮਸ ਪੂਰੇ ਹੋ ਜਾਂਦੇ ਆ ਤਾਂ ਨੌਕਰੀ ਨੂੰ ਲੈ ਕੇ ਸ਼ੰਕਾ ਹੈਗੀ ਹੈ ਕਿ ਕਿਤੇ ਨਾ ਕਿਤੇ ਉੱਥੇ ਜਾ ਕੇ ਜਿਹੜੇ ਬੱਚੇ ਨੌਕਰੀਆਂ ਕਰਦੇ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਉਹ ਵਿਹਲੇ ਨੇ ਬੱਚੇ ਤਾਂ ਇਹਨੂੰ ਵੀ ਲੈ ਕੇ ਕਿਤੇ ਨਾ ਕਿਤੇ ਸ਼ੰਕਾ ਜਿਹੜੀ ਆ ਉਹ ਵੀ ਇੱਕ ਪੇਰੈਂਟਸ ਦੇ ਮਨ ਦੇ ਵਿੱਚ ਵੀ ਆ ਕਿ ਉੱਥੇ ਜਾ ਕੇ ਕੀ ਕਰਨਗੇ ਲਗਾਤਾਰ ਖਬਰਾਂ ਆ ਰਹੀਆਂ ਨੇ ਬਿਲਕੁਲ ਹੁਣ ਇਹ ਵੀ ਰੂਲ ਹੈ ਕਿ ਅੱਛੀ ਜੋਬਸ ਹੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਬੱਚਿਆਂ ਨੂੰ ਕੋਈ ਛੋਟੀ ਮੋਟੀ ਜੋਬ ਨਹੀਂ ਕਰ ਸਕਦੇ ਇਹ ਵੀ ਪ੍ਰੋਬਲਮ ਹੀ ਹੈ ਘਰਦਿਆਂ ਦਾ ਖਰਚਾ ਵੀ ਹੋਰ ਜ਼ਿਆਦਾ ਵੱਧ ਰਿਹਾ ਪਹਿਲਾਂ ਬੱਚੇ ਸਮੈਸਟਰ ਦੀ ਫੀਸ ਆਪਣੇ ਆਪ ਨਿਕਾਲਦੇ ਸੀ ਉੱਥੇ ਜਾ ਕੇ ਬਟ ਹੁਣ ਘਰਦਿਆਂ ਲਈ ਹੋਰ ਵੀ ਜ਼ਿਆਦਾ ਖਰਚਾ ਉਹ ਇੱਥੋਂ ਦੀ ਨੈਕਸਟ ਸਮੈਸਟਰ ਦੀ ਫੀਸ ਦਾ ਖਰਚਾ ਵੀ ਉਹੀ ਉਠਾਉਣਗੇ ਜਿਹੜੀਆਂ ਤਿਆਰੀਆਂ ਕੀਤੀਆਂ ਨੇ ਪੈਸਾ ਖਰਚਿਆ ਗਾਈਡ ਆਈਲੈਟਸ ਕੀਤੀ ਹੈ ਤਾਂ ਲੱਗਦਾ ਕਿਤੇ ਨਾ ਕਿਤੇ ਹੁਣ ਇੱਕ ਰੋਸ ਮਨ ਦੇ ਵਿੱਚ ਰਹਿ ਗਿਆ ਕਿ ਜਾਣਾ ਸੀ ਵਿਦੇਸ਼ ਅਤੇ ਹੁਣ ਰਹਿ ਗਏ ਨਹੀਂ ਮਿਹਨਤ ਕਰਾਂਗੇ ਜਾਵਾਂਗੇ ਹਲੇ ਵੀ ਹੈ ਇੱਛਾ ਤਾਂ ਹੈ ਕੋਈ ਹੋਰ ਕੰਟਰੀ ਦਾ ਪਲਾਨ ਕਰ ਰਹੇ ਹੋ ਕੰਟਰੀ ਦੇਖਦੇ ਹਾਂ ਕੈਨੇਡਾ ਅਗਰ ਨਹੀਂ ਪੋਸੀਬਲ ਹੋ ਪਾਇਆ ਫਿਰ ਆਫਕੋਰਸ ਦੂਸਰੀ ਕੰਟਰੀ ਹੀ ਚੂਜ਼ ਕਰਾਂਗੇ ਸੋ ਸਟੂਡੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਹੈ ਸਰ ਸਟੂਡੈਂਟਸ ਕਹਿ ਰਹੇ ਨੇ ਕਿ ਅਗਰ ਹੋਰ ਕੰਟਰੀ ਦੇ ਵਿੱਚ ਅਸੀਂ ਪਲਾਨ ਕਰ ਸਕਦੇ ਹਾਂ ਤਾਂ ਜਿਹੜੀ ਬਾਕੀ ਜਿਹੜੇ ਬੱਚੇ ਹੈਗੇ ਨੇ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਕਿ ਕੁਝ ਬੱਚੇ ਜਿਹੜੇ ਜਾ ਚੁੱਕੇ ਨੇ ਉਹਨਾਂ ਦਾ ਭਵਿੱਖ ਵੀ ਦੱਸਿਆ ਤੁਸੀਂ ਕਿ ਖਤਰੇ ਦੇ ਵਿੱਚ ਹੈਗਾ ਉਹ ਵੀ ਆ ਸਕਦੇ ਨੇ ਤਾਂ ਕੁਝ ਬੱਚੇ ਕਹਿ ਰਹੇ ਨੇ ਕਿ ਅਸੀਂ ਹਲੇ ਤਿਆਰੀ ਕਰ ਰਹੇ ਹਾਂ ਕੁਛ ਨੇ ਪੈਸੇ ਹਲੇ ਖਰਚ ਕਰ ਚੁੱਕੇ ਨੇ ਕੁਛ ਦੀ ਫਾਈਲ ਲੱਗ ਚੁੱਕੀ ਹੈ ਦੇਖੋ ਮਾਮਲਾ ਨੂੰ ਨਾ ਸਾਰਾ ਸੈਟਲ ਹੋਣ ਨੂੰ ਘੱਟੋ ਘੱਟ ਇੱਕ ਸਾਲ ਲੱਗ ਜਾਏਗਾ ਜੋ ਮੈਨੂੰ ਸਮਝ ਆ ਰਹੀ ਹੈ ਕਿਉਂਕਿ ਜਦ ਤੱਕ ਇਲੈਕਸ਼ਨਸ ਨਹੀਂ ਕੈਨੇਡਾ ਦੇ ਵਿੱਚ ਹੁੰਦੇ ਤਦ ਤੱਕ ਕੁਛ ਵੀ ਚੀਜ਼ਾਂ ਕਲੀਅਰ ਨਹੀਂ ਹੋਣੀਆਂ ਮੈਨੂੰ ਲੱਗਦਾ ਕਿ ਉਹਨਾਂ ਨੇ ਪਹਿਲੇ ਭਰ ਭਰ ਕੇ ਬੱਚਾ ਬੁਲਾ ਲਿਆ ਹੈ ਜਿਹੜਾ ਹੁਣ ਉਹਨਾਂ ਕੋਲ ਸੰਭਾਲਿਆ ਨਹੀਂ ਜਾ ਰਿਹਾ ਜਦ ਤੱਕ ਉਹ ਸਾਰੀਆਂ ਚੀਜ਼ਾਂ ਨੂੰ ਸੈਟਲ ਨਹੀਂ ਕਰ ਲੈਂਦੇ ਜਿਹੜਾ ਪਿਛਲਾ ਬੈਕਲੋਗ ਹੈ ਤਦ ਤੱਕ ਉਹਨਾਂ ਕੋਲ ਅਗਲੇ ਬਿਠਾਉਣ ਦੀ ਜਗ੍ਹਾ ਨਹੀਂ ਹੈਗੀ ਉਹਨਾਂ ਕੋਲ ਵੀ ਜਗ੍ਹਾ ਨਹੀਂ ਹੈਗੀ ਉਹ ਤਾਂ ਸਹੀ ਹੈ ਸਰ ਪੈਸਾ ਤਾਂ ਖਰਾਬ ਹੋਇਆ ਨਾ ਪੇਰੈਂਟਸ ਜਿਹੜੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਸ਼ੰਕਾ ਕਿ ਸਾਡਾ ਬੱਚਾ ਵਾਪਸ ਆ ਜਾਏਗਾ ਬਿਲਕੁਲ ਹੁਣ ਬੱਚੇ ਨੂੰ ਨਾ ਡੈਸਟੀਨੇਸ਼ਨ ਚੇਂਜ ਕਰਨੀ ਪੈਣੀ ਹੈ ਹੋ ਸਕਦਾ ਬੱਚਾ ਜਰਮਨੀ ਵਾਲੇ ਪਾਸੇ ਥੋੜ੍ਹਾ ਇੰਟਰਸਟ ਲੋਕਾਂ ਦਾ ਜਰਮਨੀ ਵੱਲ ਨੂੰ ਤੁਰਿਆ ਹੈ ਲੋਕ ਜਰਮਨ ਵੱਲ ਨੂੰ ਜਾਣਗੇ ਦੇਖੋ ਬੱਚੇ ਨੇ ਬਾਹਰ ਤਾਂ ਜਾਣਾ ਹੀ ਔਰ ਬੱਚੇ ਦਾ ਹੱਕ ਵੀ ਹੈ ਫੋਰਨ ਐਜੂਕੇਸ਼ਨ ਲੈਣਾ ਕੰਟਰੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਮੈਨੂੰ ਵੀ 22 ਸਾਲ ਹੋ ਗਏ ਦੇਖਦੇ ਨੂੰ ਕਦੀ ਆਸਟ੍ਰੇਲੀਆ ਚਲਦੀ ਹੈ ਫਿਰ ਯੂਕੇ ਚਲਦੀ ਹੈ ਫਿਰ ਨਿਊਜ਼ੀਲੈਂਡ ਚਲਦੀ ਹੈ ਸੋ ਡਿਫਰੈਂਟ ਪਲੇਟਫਾਰਮ ਜਿਹੜੇ ਚਲਦੇ ਰਹਿੰਦੇ ਨੇ ਅੱਜ ਬੱਚੇ ਦਾ ਰੁਝਾਨ ਥੋੜ੍ਹਾ ਜਿਹਾ ਜਰਮਨੀ ਵੱਲ ਨੂੰ ਜ਼ਰੂਰ ਚੱਲਿਆ ਹੈ ਕੈਨੇਡਾ ਨੂੰ ਛੱਡ ਕੇ ਲੈਟ ਅਸ ਸੀ ਫਿਊਚਰ ਕੀ ਕਹਿੰਦਾ
ਸੋ ਸਾਫ਼ ਤੌਰ 'ਤੇ ਵੀਜ਼ਾ ਐਕਸਪਰਟ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ, ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਬੱਚਿਆਂ ਦੇ ਮਨਾਂ ਦੇ ਵਿੱਚ ਇੱਕ ਰੋਸ਼ ਹੈ। ਤਾਂ ਦੂਸਰੇ ਪਾਸੇ ਵੀਜ਼ਾ ਐਕਸਪਰਟ ਕਹਿੰਦੇ ਨੇ ਕਿ ਹੁਣ ਬੱਚੇ ਜਿਹੜੇ ਨੇ ਜਰਮਨੀ ਵੱਲ ਨੂੰ ਜਿਹੜਾ ਰੁੱਖ ਕਰ ਸਕਦੇ ਨੇ, ਕਿਉਂਕਿ ਉਹਨਾਂ ਨੂੰ ਆਪਣਾ ਜਿਹੜਾ ਜਾਣ ਦਾ ਜਿਹੜਾ ਤਰੀਕਾ ਹੈਗਾ ਉਸਨੂੰ ਚੇਂਜ ਕਰਨਾ ਪੈਣਾ, ਕਿਉਂਕਿ ਆਮ ਤੌਰ 'ਤੇ ਬੱਚੇ ਜਿਹੜੇ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਾ ਰਹੇ ਸੀ ਤਾਂ ਭਰ ਭਰ ਕੇ ਜਿਹੜੇ ਬੱਚੇ ਗਏ ਨੇ ਉਹ ਕਿਤੇ ਨਾ ਕਿਤੇ ਵਾਪਸ ਆਉਣ ਦੀ ਕਗਾਰ 'ਤੇ ਨੇ, ਤਾਂ ਉਹਨਾਂ ਨੂੰ ਜਿਹੜਾ ਵਾਪਸ ਭੇਜਿਆ ਜਾ ਸਕਦਾ ਹੈ। ਤਾਂ ਜਿੱਥੇ ਪਰਿਵਾਰਿਕ ਮੈਂਬਰ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਵਿਚਾਰ ਕਰ ਰਹੇ ਨੇ, ਤਾਂ ਦੂਸਰੇ ਪਾਸੇ ਬੱਚੇ ਵੀ ਹੁਣ ਜਿਹੜਾ ਨੈਕਸਟ ਸਟੈਪ ਹੈਗਾ ਉਹ ਵੀ ਹੋਰ ਕਿਸੇ ਕੰਟਰੀ ਦਾ ਅਖਤਿਆਰ ਕਰਨਗੇ, ਕਿਉਂਕਿ ਬੱਚਿਆਂ ਨੇ ਕਿਹਾ ਕਿ ਅਗਰ ਉੱਥੇ ਦੀ ਗੌਰਮੈਂਟ ਨੇ ਕੋਈ ਰੂਲ ਚੇਂਜ ਕੀਤੇ ਨੇ ਤਾਂ ਸਾਨੂੰ ਕਿਸੇ ਹੋਰ ਕੰਟਰੀ ਦੇ ਵਿੱਚ ਜਿਹੜਾ ਜਾ ਕੇ ਪੜ੍ਹਾਈ ਕਰਨੀ ਪਵੇਗੀ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18।